हेलो। हाँ हेलो। जी, मेरी गल हरप्रीत सिंह एडमिंटन नाल हो रही है जी। हाँ जी 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 वीर जी, अकाल चैनल तो हरप्रीत सिंह मखू अर्ज कर रहे हैं, वाहिगुरु जी का खालसा वाहिगुरु जी की फतेह। वाहेगुरु जी का खालसा वाहेगुरु जी की फतेह। जी जी वीर जी, मैं तुहाडे नाल थोड़ा समा गल करनी चाहुंदा वां, क्योंकि तुसीं रेडियो ते भी ते अक्सर ये गल कह रहे हो कि जिहड़ा साका ननकाणा दी शताब्दी मनाई जा रही है, उहदे विच कार जी सेवा वालियां दी इन्नी कु इन्वॉल्वमेंट हो जानी है भी उत्थों दी दिख बदल देणगे ननकाणा साहिब दी, ते जिवें इत्थे प्राचीन अस्थानां नूं नुकसान अपड़ाया गया है भी उत्थे अपड़ाया जाएगा। ये तुसीं खदशा जाहिर कर रहे हो या तुहाडे किसे भरोसेयोग सूत्रां तों तुहानूं कोई कन्फर्म खबर मिली है? जी भरोसेयोग सूत्रों को खबर मिली है जी कि साका ननकाणा जिहड़ा कि 20 फरवरी 1921 नूं साका होया सीगा उत्थे महंता जी तों गुरद्वारे जाण करवाउण लई, जिहदे च कौम दे 260 सिंघ शहीद हो गए सी ते उहनां दे विच छोटी उम्र दे 20 सिंघ सिंघणियां सीगे। 8 जी साल दे शहीद दी गल आउंदी है जी, सरदार दरबारा सिंह जिन्हां दे पिता दा नाम सरदार केहर सिंह सीगा, उह वी उस साके दे विच शहीद कर दित्ते सीगे महंता ने। जी ਤੇ ਉਹ ਸਾਕੇ ਦੀ ਸ਼ਤਾਬਦੀ ਆ ਰਹੀ ਆ 20 ਫਰਵਰੀ 2021 ਨੂੰ, ਤੇ जी ਉਹਨੂੰ ਲੈ ਕੇ ਇਹ ਪਤਾ ਲੱਗਿਆ ਕਿ ਉੱਥੇ ਕੋਈ ਕਾਰ ਸੇਵਾ ਰੰਭਣ ਦਾ ਜਿਹੜਾ ਵਾ ਕੰਮ ਸੋਚਿਆ ਜਾ ਰਿਹਾ ਵਾ, ਤੇ ਉਹਦੇ ਲਈ ਜਿਹੜੀ ਆ ਵੱਖ ਵੱਖ ਪੱਧਰਾਂ ਤੇ ਗੱਲਬਾਤ ਵੀ ਹੋ ਰਹੀ ਆ, ਜਿਹਦੇ 'ਚ ਮੈਨੂੰ ਪਤਾ ਲੱਗਿਆ ਜਿੱਥੋਂ ਤੱਕ ਕਿ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲੇ ਜਿਹੜੇ ਕਾਰ ਸੇਵਾ ਵਾਲੇ ਜਿਨ੍ਹਾਂ ਨੇ ਦਰਸ਼ਨੀ ਦਿਓੜੀ ਢਾਈ ਸੀਗੀ ਪਿਛਲੇ ਸਾਲ ਜੀ ਮਾਰਚ 31 2019 ਨੂੰ, ਉਹਨਾਂ ਜੀ ਨੂੰ ਉਹ ਸੇਵਾ ਦੇਣ ਦੀ ਗੱਲ ਜਿਹੜੀ ਆ ਚੱਲ ਰਹੀ ਆ। ਜੀ ਵੀ ਤੁਹਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ, ਪਰ ਇਹ ਇੱਥੇ ਹੁਣ ਜੀ ਜੀ ਦੋ ਜੀ ਦੇਸ਼ਾਂ ਦੀ ਗੱਲ ਚੱਲ ਗਈ ਵੀਰ ਜੀ, ਆਪਾਂ ਭਾਰਤ ਦੀ ਗੱਲ ਕਰੀਏ ਤੇ ਪਾਕਿਸਤਾਨ ਦੀ ਗੱਲ ਕਰੀਏ, ਕਿਉਂਕਿ ਉਹ ਸਥਾਨ ਪਾਕਿਸਤਾਨ ਦੇ ਵਿੱਚ ਨੇ। ਤੁਹਾਡੀ ਇਸ ਮਾਮਲੇ ਦੇ ਵਿੱਚ ਹਾਂਜੀ ਪਾਕਿਸਤਾਨ ਗੁਰਦੁਆਰਾ ਮੈਨੇਜਮੈਂਟ ਕਿਸੇ ਨਾਲ ਗੱਲ ਹੋਈ ਹੈ ਜੀ? ਜੀ ਮੇਰੀ ਕੱਲ ਗੱਲ ਹੋਈ ਸੀ ਸਰਦਾਰ ਬਿਸ਼ਨ ਸਿੰਘ ਜੀ, ਜਿਹੜੇ ਉੱਥੇ ਪ੍ਰਧਾਨ ਰਹੇ ਨੇ ਪਾਕਿਸਤਾਨ ਮੇਰੇ ਖਿਆਲ ਉਹ ਗੁਰਦੁਆਰਾ ਤਾਂ ਸਾਬਕਾ ਪ੍ਰਬੰਧਕ ਪ੍ਰਧਾਨ ਨੇ। ਕਮੇਟੀ ਦੇ, ਹਾਂਜੀ ਸਾਬਕਾ ਪ੍ਰਧਾਨ ਨਾਲ ਗੱਲ ਹੋਈ ਸੀ, ਤੇ ਲੇਕਿਨ ਹਾਲੇ ਵੀ ਉਹ ਮੋਹਰੀਆਂ 'ਚ ਉਹਨੇ ਸਿੱਖਾਂ ਦੀ ਗਿਣਤੀ ਉੱਥੇ ਆਪਾਂ ਨੂੰ ਪਤਾ ਹੀ ਆ ਥੋੜ੍ਹੀ ਆ, ਜੀ ਤੇ ਜਿੰਨੇ ਕੁ ਮੋਹਰੀ ਸੇਵਾਦਾਰ ਨੇ ਉੱਥੇ ਉਹ ਐਕਟਿਵ ਨੇ, ਚਾਹੇ ਉਹ ਕਮੇਟੀ 'ਚ ਹੈਗੇ ਜਾਂ ਨਹੀਂ ਹੈਗੇ, ਪਰ ਉਹਨਾਂ ਨਾਲ ਗੱਲਬਾਤ ਹੋਣ ਤੋਂ ਬਾਅਦ ਮੈਨੂੰ ਜਿਹੜੀ ਕਨਫਰਮੇਸ਼ਨ ਹੋਰ ਵੀ ਹੋ ਗਈ ਕਿ ਉਸ ਮਸਲੇ ਤੇ ਜਿਹੜੀ ਗੱਲਬਾਤ ਕੀਤੀ ਜਾ ਰਹੀ ਸੀ, ਈਵਨ ਉਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਾਇਦ ਕਿਉਂਕਿ ਉਹ ਉਹਨਾਂ ਦੇ ਕਹਿਣ ਮੁਤਾਬਕ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੋਟਿਸ ਦੇ ਵਿੱਚ ਇਹ ਗੱਲ ਹੈਗੀ ਆ ਜੀ। ਕਿ ਪਾਕਿਸਤਾਨ ਦੇ ਵਿੱਚ ਜਿਹੜੀ ਆ ਨਨਕਾਣਾ ਸਾਹਿਬ ਦੀ ਜਿਹੜੀ ਕਾਰ ਸੇਵਾ ਵਾ ਉਹਦੀ ਗੱਲਬਾਤ ਚੱਲ ਰਹੀ ਆ। ਵੀਰ ਜੀ, ਇਹਦੇ ਵਿੱਚ ਕੌਮ ਨੂੰ ਵਿਸ਼ਵਾਸ ਵਿੱਚ ਲਿਆ ਜਾਵੇਗਾ ਜਾਂ ਚੁੱਪ ਚਪੀਤੇ ਸੇਵਾ ਦੇ ਦਿੱਤੀ ਜਾਵੇਗੀ ਤੇ ਫਿਰ ਉਹੀ ਰੌਲਾ ਪਏਗਾ ਜਿਵੇਂ ਡਿਊੜੀ ਰਾਤ ਵੇਲੇ ਢਾਈ ਗਈ, ਉਸ ਤੋਂ ਬਾਅਦ ਰੌਲਾ ਪਿਆ, ਉਸ ਤੋਂ ਬਾਅਦ ਥੋੜੀਆਂ ਬਹੁਤੀਆਂ ਤਬਦੀਲੀਆਂ ਕੀਤੀਆਂ, ਮਾਮਲਾ ਫਿਰ ਸ਼ਾਂਤ ਹੋ ਗਿਆ। ਇਹਦੇ ਵਿੱਚ ਕੌਮ ਨੂੰ ਵਿਸ਼ਵਾਸ ਵਿੱਚ ਲਿਆ ਜਾਵੇਗਾ ਜਾਂ ਚੁੱਪ ਚਪੀਤੇ ਸੇਵਾ ਦਿੱਤੀ ਜਾਵੇਗੀ? ਜਿੱਥੋਂ ਤੱਕ ਤੁਹਾਨੂੰ ਸਭ ਲੱਗਦਾ ਕਿ ਕੌਮ ਨੂੰ ਵਿਸ਼ਵਾਸ ਚ ਲੈਣ ਦੀ ਗੱਲ, ਉਹਦੇ ਚ ਪਾਕਿਸਤਾਨ ਨਾਲ ਸੰਬੰਧਿਤ ਜਿਹੜਾ ਉੱਥੋਂ ਦਾ ਆਕਾਸ਼ ਬੋਰਡ ਆ ਜਾਂ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨਾਂ ਦਾ ਤਾਂ ਜ਼ਿਕਰ ਹੋ ਸਕਦਾ ਕਿ ਡੈਫੀਨੇਟਲੀ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਕੋਈ ਕੰਮ ਕੀਤਾ ਜਾਊਗਾ, ਪਰ ਜਿਵੇਂ ਤੁਸੀਂ ਦਰਸ਼ਨੀ ਦਿਓੜੀ ਦੀ ਗੱਲ ਕਰ ਰਹੇ ਹੋ ਨਾ, ਇਸੇ ਤਰ੍ਹਾਂ ਦੇਖੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾ ਕੇ ਦੇ ਦਿੱਤਾ, ਇੱਕ ਵਾਰੀ ਬਾਬਾ ਜਗਤਾਰ ਸਿੰਘ ਨੇ ਉਹਨੂੰ ਧੋਣ ਗਏ, ਲਾਗੇ ਸਿੰਘਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਵਿਰੋਧ ਕੀਤਾ, ਵਾਪਸ ਆ ਗਏ, ਉਹ ਫਿਰ 31 ਮਾਰਚ ਦੀ ਰਾਤ ਨੂੰ ਗਏ ਤੇ ਦਰਸ਼ਨੀ ਦਿਓੜੀ ਢਾ ਗਏ, ਜਦੋਂ ਤੱਕ ਪਤਾ ਲੱਗਾ ਆਲੇ ਦੁਆਲੇ ਅੱਧੀ ਰਾਤ ਜਿਹੜੇ ਤਰਨ ਤਾਰਨ ਵਸਦੇ ਸਿੰਘ ਸੀਗੇ ਵੀ ਪੁਰਾਣੀ ਜਿਹੜੀ ਹਿਸਟੋਰਿਕ ਦਰਸ਼ਨੀ ਦਿਓੜੀ ਆ ਉਹਨੂੰ ਢਾਇਆ ਜਾ ਰਿਹਾ, ਉਦੋਂ ਤੱਕ ਤਾਂ ਉਹਦਾ ਕਾਫੀ ਜਿਹੜਾ ਨੁਕਸਾਨ ਕੀਤਾ ਜਾ ਚੁੱਕਾ ਸੀ, ਤੇ ਅੱਜ ਤੱਕ ਜੀ ਹਾਲੇ ਵੀ ਉਹ ਉਸ ਹਾਲੇ ਵੀ ਮੈਂ ਮਤਲਬ ਕਿ ਕੱਲ ਹੀ ਗੱਲ ਕਰਕੇ ਪੁੱਛਿਆ ਸੀ ਤਰਨ ਤਾਰਨ ਦੀਆਂ ਸੰਗਤਾਂ ਤੋਂ ਜਿਹੜੇ ਐਕਟਿਵ ਸੀ ਬੰਦੇ ਉੱਥੇ, ਉਹ ਕਹਿੰਦੇ ਵੀ ਹਾਲੇ ਵੀ ਉਹੀ ਹਾਲ ਹੈ ਦਰਸ਼ਨੀ ਜੋੜੀ ਜਿਵੇਂ ਤੱਥੀ ਸੀ ਉਸੇ ਤਰ੍ਹਾਂ ਹੀ ਤੱਥੀ ਆ ਕਿ ਉਹ ਉਸ ਤਰ੍ਹਾਂ ਪਈ ਆ। ਉਸ ਤੋਂ ਬਾਅਦ ਕਮੇਟੀ ਵੀ ਬਣੀ ਉਹਦੇ ਤੇ, ਤੁਹਾਨੂੰ ਸ਼ਾਇਦ ਪਤਾ ਹੋਊਗਾ ਕਿ ਸਿਆਲਕਾ ਸਾਹਿਬ ਤੇ ਭਾਈ ਰਾਮ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀਗੇ, ਤੇ ਉਸ ਕਮੇਟੀ 'ਚ ਹਰਜੀਤ ਸਿੰਘ ਲਾਲੂ ਘੁੰਮਣ ਸੀਗੇ ਜਿਹੜੇ ਅਸਿਸਟੈਂਟ ਸੈਕਟਰੀ ਸੀਗੇ ਸ਼੍ਰੋਮਣੀ ਕਮੇਟੀ ਦੇ ਸ਼ਾਇਦ। ਜੀ ਇਹ ਕਮੇਟੀ ਨੇ ਆਪਣੀ ਰਿਪੋਰਟ ਵੀ ਦੇ ਦਿੱਤੀ ਜਿਹੜੇ ਉਹ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਨੂੰ ਰਿਪੋਰਟ 5 ਅਪ੍ਰੈਲ 2019 ਦੇ ਵਿੱਚ ਦੇ ਦਿੱਤੀ ਗਈ ਸੀ। ਉਸ ਤੋਂ ਬਾਅਦ ਕੀ ਹੋਇਆ ਆਪਾਂ ਨੂੰ ਨਹੀਂ ਪਤਾ। ਸਿਰਫ ਇੰਨਾ ਜਿਹੜੀ ਗੱਲ ਸਾਹਮਣੇ ਆਈ ਸੀ ਕਿ ਹੁਣ ਅੱਗੇ ਤੋਂ ਜਿਹੜੀਆਂ ਕੋਈ ਸੇਵਾਵਾਂ ਨਹੀਂ ਦਿੱਤੀਆਂ ਜਾਣਗੀਆਂ ਜਗਤਾਰ ਸਿੰਘ ਜ਼ਿੰਮੇਵਾਰੀ ਦੇ ਨਾਲ ਗੱਲ ਰੱਖਦੇ ਪਏ ਹੋ। ਜੀ 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 ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਆ ਔਰ ਉਹਨਾਂ ਨੇ ਕਿਹਾ ਜੀ ਸਾਡੀ ਵਿਚਾਰ ਹੈਗੀ ਸੀਗੀ ਕਰਨ ਦੀ, ਪਰ ਹੁਣ ਖਦਸ਼ਾ ਇਹ ਆ ਤੇ ਮੈਂ ਜੇ ਇਹ ਕਾਰ ਸੇਵਾ ਵਾਲਿਆਂ ਦੀ ਹਿਸਟਰੀ ਨੂੰ ਪਿੱਛੇ ਜੀ ਮੈਨੂੰ ਮੈਂ ਸਿਰਫ ਤੁਹਾਡੀ ਸਾਰੀ ਗੱਲ ਰੋਕਦਾ ਵਾਂ। ਜਿਵੇਂ ਤੁਸੀਂ ਕਾਰ ਸੇਵਾ ਵਾਲਾ ਆਪਾਂ ਇੱਕ ਵੱਖਰਾ ਟੌਪਿਕ ਕੱਢਦੇ ਆ ਜਿਹਦੇ ਵਿੱਚ ਸਾਰਾ ਖੁਲਾਸਾ ਕਰਾਂਗੇ, ਜੇ ਸੱਚਮੁੱਚ ਹੀ ਅਸੀਂ ਸਾਕਾ ਨਨਕਾਣਾ ਦੇ ਸ਼ਹੀਦਾਂ ਨੂੰ ਚੇਤੇ ਕਰਨਾ ਤਾਂ ਸਾਨੂੰ ਇਹ ਵੇਖਣਾ ਪਏਗਾ ਵੀ ਸਾਕਾ ਨਨਕਾਣਾ ਦੇ ਜਿਤਨੇ ਵੀ ਸ਼ਹੀਦ ਨੇ ਉਹਨਾਂ ਨੇ ਆਪਣੀ ਸ਼ਹਾਦਤ ਇਮਾਰਤ ਨੂੰ ਬਣਾਉਣ ਵਾਸਤੇ ਕੀਤੀ ਹੈ ਜਾਂ ਉੱਥੋਂ ਦਾ ਮਹੰਤਾਂ ਨੂੰ ਕੱਢਣ ਵਾਸਤੇ ਤੇ ਪ੍ਰਬੰਧਕ ਕਮੇਟੀ ਵਾਸਤੇ ਕੀਤੀ ਹੈ। ਸੋ ਗੱਲ ਤੇ ਗੁਰਦੁਆਰਾ ਸੁਧਾਰ ਦੀ ਚੱਲਦੀ ਸੀ, ਅਸੀਂ ਸੁਧਾਰ ਕਰਦੇ ਸੀ, ਬਿਲਡਿੰਗਾਂ ਨੂੰ ਤੋੜਨ ਕਿਉਂ ਪੈ ਗਏ ਹਾਂ? ਵੀਰ ਜੀ ਗੱਲ ਬਿਲਕੁਲ ਤੁਸੀਂ ਪਤੇ ਦੀ ਕਹੀ ਆ ਕਿ ਸਾਡਾ ਮਕਸਦ ਇਹ ਆ ਕਿ ਹੁਣ 100 ਸਾਲ ਬਾਅਦ ਅਸੀਂ ਚਿੰਤਨ ਕਰੀਏ ਕਿ ਜਿਹੜੇ ਕੰਮ ਲਈ 260 ਸਿੱਖ ਸਿੰਘਣੀਆਂ ਦੇ ਬੱਚੇ ਸ਼ਹੀਦ ਕਰ ਦਿੱਤੇ ਗਏ ਜੀ, ਪ੍ਰਬੰਧ ਦੇ ਵਿੱਚ ਆਈ ਗਿਰਾਵਟ ਨੂੰ ਖਤਮ ਕਰ ਲਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚ ਆਈ ਜੀ, ਅੱਜ ਅਸੀਂ 100 ਸਾਲ ਬਾਅਦ ਕਿੱਥੇ ਖੜੇ ਆ? 100 ਸਾਲ ਬਾਅਦ ਅਸੀਂ ਗੁਰਦੁਆਰਿਆਂ ਚ ਪ੍ਰਬੰਧ ਗੁਰਮਤ ਦੇ ਮੁਤਾਬਕ ਵੀਰ ਜੀ ਮੈਂ ਤੁਹਾਡੀ ਗੱਲ ਰੋਕਦਾ ਵਾਂ। ਮਾਡਰਨ ਮਹੰਤ ਅੱਜ ਵੜ ਚੁੱਕੇ ਨੇ, ਪੁਰਾਣੇ ਮਹੰਤ ਕਹਿੰਦੇ ਹੁੰਦੇ ਸੀ, ਅੱਜ ਮਹੰਤ ਸ਼ਬਦ ਲਾਤਾ। ਮਹੰਤ ਗਿਰੀਆਂ ਅੱਜ ਵੀ ਚੱਲਦੀਆਂ ਪਈਆਂ ਨੇ, ਬੰਦੇ ਆਪਣੇ ਸੈੱਟ ਕੀਤੇ ਜਾਂਦੇ ਪਏ ਨੇ, ਇੱਕ ਇੱਕ ਬੰਦਾ ਕਈ ਵਾਰੀ ਵੀਰ ਜੀ ਤੁਸੀਂ ਸ਼ੈਸੀ ਪੀਸੀ ਦੇ ਵਿੱਚ ਡੂੰਘੀ ਝਾਤ ਪਾ ਕੇ ਵੇਖੋ, 40 ਤੋਂ 50 ਬੰਦੇ ਵੀ ਲਵਾ ਚੁੱਕਾ ਆਪਣੇ ਰਸੂਖ ਦੇ ਨਾਲ, ਜਦਕਿ SCPC ਦੇ ਵਿੱਚ ਜੇ ਇੱਕ ਤੋਂ ਦੂਸਰਾ ਬੰਦਾ ਵੀ ਭਰਤੀ ਕਰਵਾਉਣਾ ਹੁੰਦਾ ਤਾਂ ਬਕਾਇਦਾ ਰਿਟਰਨ ਦੇ ਵਿੱਚ ਹੁੰਦਾ ਵੀ ਮੇਰਾ ਕੋਈ ਵੀ ਖੂਨ ਦੇ ਰਿਸ਼ਤੇ ਵਾਲਾ SCPC ਦੇ ਵਿੱਚ ਨੌਕਰੀ ਨਹੀਂ ਕਰਦਾ। ਇਹ ਮਾਡਰਨ ਮਹੰਤਾਂ ਨੂੰ ਅੱਜ ਕੱਢਣ ਦਾ ਵੇਲਾ ਸੀ, ਅੱਜ ਲਛਮਣ ਸਿੰਘ ਧਾਰੋਵਾਲੀ ਬਣਨ ਦਾ ਵੇਲਾ ਸੀ, ਪਰ ਅਸੀਂ ਫਿਰ ਅੱਜ ਵੀ ਇਹ ਇਮਾਰਤਾਂ ਢਾਹ ਕੇ ਤੇ ਕੌਮ ਦਾ ਧਿਆਨ ਭਟਕਾ ਨਹੀਂ ਰਹੇ। ਦੇਖੋ ਮਸਲਾ ਜਿੱਥੋਂ ਤੱਕ ਲੱਗਦਾ ਕਿ ਅਸੀਂ ਸਿਧਾਂਤ ਨਾਲੋਂ ਤੋੜ ਕੇ ਤੇ ਇਮਾਰਤਾਂ ਨਾਲ ਜੋੜਨ ਦੀ ਗੱਲ ਕਰ ਰਹੇ ਹਾਂ। ਦੂਸਰੀ ਗੱਲ ਜਿਹੜੀ ਤੁਸੀਂ ਖਦਸ਼ਾ ਜ਼ਾਹਰ ਕੀਤਾ ਉਹ ਹਰੇਕ ਜਿਹੜਾ ਚਿੰਤਕ ਹੈ ਸਿੱਖ ਚਿੰਤਕ ਹੈ ਉਹਦਾ ਖਦਸ਼ਾ ਵਾ ਕਿ ਜਿਵੇਂ ਹੁਣ ਮੈਂ ਗੁਰਦੁਆਰਾ ਨਨਕਾਣਾ ਸਾਹਿਬ ਗਿਆ ਨੀ, ਲੇਕਿਨ ਮਤਲਬ ਕਿ ਹਿਸਟਰੀ ਦਾ ਜਗਿਆਸੂ ਹੋਣ ਕਰਕੇ, ਕਿਉਂਕਿ ਮੇਰੇ ਲਿਖਣ ਨੂੰ ਤੇ ਖੋਜਣ ਨੂੰ ਮੇਰਾ ਵਿਸ਼ਾ ਵਾ, ਤੇ ਉਹਦੇ ਕਰਕੇ ਜਿਹੜੀ ਚੀਜ਼ ਮੈਨੂੰ ਪਤਾ ਕਿ ਅੱਜ ਵੀ ਉੱਥੇ ਗੋਲੀਆਂ ਦੇ ਨਿਸ਼ਾਨ ਮੌਜੂਦ ਨੇ। 100 ਸਾਲ ਬਾਅਦ ਗੁਰਦੁਆਰਾ ਜਨਰਲ ਸਰਨ ਸ੍ਰੀ ਨਨਕਾਣਾ ਸਾਹਿਬ ਤੇ ਜੇ ਅੱਜ ਵੀ ਮੌਜੂਦ ਨੇ, ਕਿਤੇ ਇਹ ਤੇ ਨਹੀਂ ਕਿ ਉਹ ਨਿਸ਼ਾਨ ਖਤਮ ਕਰ ਦਿੱਤੇ ਜਾਣ ਤੇ ਜਿਹੜੇ ਮਾਡਰਨ ਮਹੰਤ ਆ ਉਹ ਜਦੋਂ ਕੱਲ ਨੂੰ ਬੱਚੇ ਪੁਰਾਣੇ ਮਹੰਤਾਂ ਦੀ ਗੱਲ ਕਰਨ ਤੇ ਉਹ ਨਾਮੋ ਨਿਸ਼ਾਨ ਮਿਟਾਉਣ ਵੱਲ ਨੂੰ ਤੇ ਨਹੀਂ ਕਿਤੇ ਤੁਰਿਆ ਜਾ ਰਿਹਾ, ਇਹ ਸਾਨੂੰ ਸੋਚਣਾ ਪੈਣਾ। ਵੀਰ ਜੀ ਇੱਥੇ ਮੈਂ ਥੋੜਾ ਜਿਹਾ ਖਦਸ਼ਾ ਹੋਰ ਵੀ ਜ਼ਾਹਰ ਕਰਦਾ ਵਾਂ, ਜਦੋਂ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਹੋਇਆ ਸੀ ਉਸ ਤੋਂ ਬਾਅਦ ਵੀ 84 ਦੀ ਗੱਲ ਕਰਦਾ ਵਾਂ, ਉਸ ਤੋਂ ਬਾਅਦ ਸਰਕਾਰ ਬੜੀ ਉਤਾਵਲੀ ਸੀ, ਆਪਣੇ ਕੁਛ ਕੁ ਚੇਲੇ ਚਾਟੜਿਆਂ ਵੱਲੋਂ ਜਿਨ੍ਹਾਂ ਵਿੱਚੋਂ ਕੁਛ ਸਾਧ ਵੀ ਸ਼ਾਮਿਲ ਸੀ ਵੀ ਦਵਾ ਦਬ ਨਿਸ਼ਾਨ ਮਿਟਾ ਦਿੱਤੇ ਜਾਣ। ਇਹ ਸਦਾ ਹੀ ਨਿਸ਼ਾਨਾਂ ਨੂੰ ਮਿਟਾਉਣ ਵੱਲ ਕਿਉਂ ਧਿਆਨ ਦਿੱਤਾ ਜਾਂਦਾ ਵੀ ਕਿਤੇ ਅਗਲੀਆਂ ਪੀੜ੍ਹੀਆਂ ਚੇਤਨ ਨਾ ਹੋ ਜਾਣ, ਕਿਤੇ ਅਤੀਤ ਦਾ ਚੇਤਾ ਨਾ ਕਰ ਲੈਣ? ਤੁਸੀਂ ਵੇਖੋ ਕਿ ਅਸੀਂ ਦੁਨੀਆਂ ਦੇ ਵਿੱਚ ਵੇਖਦੇ ਹਾਂ, ਜੇ ਇਜ਼ਰਾਈਲ ਦੀ ਗੱਲ ਕਰੀਏ ਤੇ ਅੱਜ ਵੀ ਉੱਥੇ ਦੀਵਾਰ ਮੌਜੂਦ ਆ। ਮੈਂ ਯੂਰਪ ਨੂੰ ਟਰੈਵਲ ਕੀਤਾ, ਤੁਸੀਂ ਵੀ ਯੂਰਪ ਗਏ ਹੋ, ਦੇਖਿਆ ਹਜ਼ਾਰਾਂ ਸਾਲ ਪੁਰਾਣੀਆਂ ਇਮਾਰਤਾਂ ਨੇ। ਜਦੋਂ ਤੁਸੀਂ ਕਿਸੇ ਇਮਾਰਤ ਨੂੰ ਦੇਖਦੇ ਹੋ ਤਾਂ ਉਹਦੇ ਨਾਲ ਕੀ ਵਾਪਰਿਆ ਜਾਂ ਉੱਥੇ ਪ੍ਰਬੰਧ ਜੋ ਚੱਲਦਾ ਸੀ ਉਹਦੇ ਨਾਲ ਕੀ ਵਾਪਰਿਆ, ਤੁਹਾਨੂੰ ਹਿਸਟਰੀ ਦੱਸਣ ਦੀ ਲੋੜ ਨਹੀਂ ਹੁੰਦੀ। ਜਦੋਂ ਨਿਸ਼ਾਨ ਵੇਖਦਾ ਨਾ ਇੱਕ ਆਮ ਵਿਅਕਤੀ, ਚਾਹੇ ਹਜ਼ਾਰ ਸਾਲ ਬਾਅਦ ਵੀ ਵੇਖੇ, ਉਹਦੇ ਮਨ ਦੇ ਵਿੱਚ ਸਵਾਲ ਆਊਗਾ, ਸਵਾਲ ਆਊਗਾ ਜਦੋਂ ਜਿਗਿਆਸਾ ਹੋਊਗੀ ਉਹਦੇ ਅੰਦਰ, ਤੇ ਬਹੁਤ ਸਾਰੀ ਹਿਸਟਰੀ ਕਈ ਵਾਰੀ ਜਿਹੜੀ ਮੌਜੂਦਾ ਚੀਜ਼ ਆ ਉਹ ਤੁਹਾਨੂੰ ਬਿਆਨ ਕਰ ਦਿੰਦੀ ਆ। ਪਰ ਸਾਡੀ ਤਰਫ ਵੀ ਇਹ ਰਹੀ ਆ ਕਿ ਸਾਡੀ ਹਿਸਟਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਆ। ਹੁਣ ਮੈਂ ਤੁਸੀਂ ਕਾਰ ਸੇਵਾਵਾਂ ਦੀ ਗੱਲ ਕਰਦੇ ਹੋ, ਜੇ ਲੰਮੀ ਗੱਲ ਨਹੀਂ ਹੁੰਦੀ ਤੇ ਮੈਂ ਥੋੜੀ ਜਿਹੀ ਇਹਨਾਂ ਦੀ ਬੈਕ ਹਿਸਟਰੀ ਤੇ ਚਲੇ ਜਾਣਾ ਕਾਰ ਸੇਵਾ ਵਾਲਿਆਂ ਦੀ। ਤੇ ਜੀ ਬੇਬੇ ਨਾਨਕੀ ਦਾ ਘਰ ਸੀਗਾ ਸੁਲਤਾਨਪੁਰ ਲੋਧੀ ਦੇ ਵਿੱਚ ਜੀ, ਉਹ 1996 ਦੇ ਵਿੱਚ ਜਿਹੜਾ ਵਾ ਉਹਨੂੰ ਲਿਆ ਜਾਂਦਾ ਵਾ ਤੇ ਫੈਸਲਾ ਇਹ ਹੁੰਦਾ, ਉਹਦੇ ਚ ਮੈਂ ਵੀ ਐਕਟਰ ਸੀ ਉਸ ਵੇਲੇ ਜਦੋਂ ਘਰ ਨੂੰ ਲਿਆ ਗਿਆ ਵਾ,
ਤੇ ਇਹਨਾਂ ਦਾ ਕਾਸੇਵਾਲ ਤਰਨ ਤਾਰਨ ਵਾਲਿਆਂ ਦਾ ਇੱਕ ਜਥੇਦਾਰ ਹੁੰਦਾ ਸੀਗਾ ਭਾਈ ਬਰੀਕ ਸਿੰਘ, ਉਹ ਵੀ ਐਕਟਿਵ ਸੀਗਾ ਤੇ ਫੈਸਲਾ ਇਹ ਹੋਇਆ ਉਸ ਟਾਈਮ ਤੇ ਕਿ ਘਰ ਨੂੰ ਲੈ ਕੇ ਈਵਨ ਉੱਥੇ ਅਸੀਂ ਰਹਿ ਕੇ ਘਰ ਦੀ ਰਿਪੇਅਰ ਕਰਾਈ, ਰਿਪੇਅਰ ਤੋਂ ਜ਼ਿਆਦਾ ਨੁਕਸਾਨਿਆ ਨਹੀਂ ਸੀਗਾ, ਘਰ ਦੇ ਇੱਕ ਦੋ ਫੱਟੇ ਖਰਾਬ ਸੀ, ਫੱਟਿਆਂ ਦੀ ਛੱਤ ਸੀਗੀ, ਖੂਹੀ ਸਾਫ਼ ਕਰਨ ਵਾਲੀ ਸੀ ਉਹ ਲੋਹੀਆਂ ਤੋਂ ਸੇਵਾਦਾਰ ਆਣ ਕੇ ਸਾਫ਼ ਕਰਕੇ, ਤੇ ਉਹ ਫੈਸਲਾ ਹੋਇਆ ਵੀ ਘਰ ਨੀ ਢਾਉਣਾ, ਇਹਨੂੰ ਐਜ ਇਟ ਰੱਖਿਆ ਜਾਣਾ। ਜੇ 550 ਸਾਲ ਘਰ ਨੂੰ ਕੁਛ ਨੀ ਹੋਇਆ ਤੇ ਮੈਂ ਗਰੰਟੀ ਕਰਦਾ ਸੀ ਕਿ ਅਗਲੇ 1500 ਸਾਲ ਵੀ ਉਸ ਘਰ ਨੂੰ ਕੁਛ ਨੀ ਹੋਣਾ। ਠੀਕ ਠੀਕ ਪਰ ਉਹ ਘਰ ਦੀ ਰਜਿਸਟਰੀ ਦੇਖੋ ਕਿ ਉਹ ਕੌਮੀ ਸਰਮਾਇਆ ਸੀਗਾ, ਸਰ ਬੇਬੇ ਨਾਨਕੀ ਦਾ ਘਰ ਕੌਮੀ ਸਰਮਾਇਆ ਸੀਗਾ, ਚਾਹੇ ਉਹ ਜਿਹਨਾਂ ਦਾ ਕਬਜ਼ਾ ਸੀ ਘਰ ਤੇ ਉਹਨਾਂ ਨੂੰ ਪੈਸੇ ਦੇ ਕੇ ਰਜਿਸਟਰੀ ਕਰਾਈ ਗਈ, ਔਰ ਉਹ ਰਜਿਸਟਰੀ ਬਾਬਾ ਜਗਤਾਰ ਸਿੰਘ ਦੇ ਨਾਂ ਹੋਈ। ਪੱਕੀ ਗੱਲ ਹੈ, ਅੱਜ ਵੀ ਸ਼ਾਦ ਅੱਜ, ਹਾਂ ਮੇਰੇ ਮੇਰੇ ਅੱਖਾਂ ਦੇ ਸਾਹਮਣੇ ਰਜਿਸਟਰੀ ਹੋਈ। ਔਰ ਚਲੋ ਰਜਿਸਟਰੀ ਹੋ ਜਾਣੀ ਵੱਖਰੀ ਗੱਲ ਹੈ, ਜਦੋਂ ਕੋਈ ਕੌਮੀ ਸਰਮਾਇਆ ਹੁੰਦਾ ਵਾ ਉਹ ਭਾਵੇਂ ਮੇਰੀ ਨਾਲ ਰਜਿਸਟਰੀ ਹੋਵੇ ਤੁਹਾਡੇ ਨਾਲ ਹੋਵੇ, ਉਹ ਕੌਮ ਦੀ ਮਾਨਤ ਹੁੰਦੀ ਆ। ਜੇ ਮੰਨ ਲਓ ਕਿ ਅਸੀਂ ਕੋਈ ਐਫਰਟ ਕੀਤਾ ਵਾ ਤੇ ਕੌਮ ਦੀ ਮਾਨਤ ਅਸੀਂ ਐਜਿਟ ਛੱਡ ਸਕਦੇ ਹਾਂ। ਸਾਡੀ ਕੌਮ ਦੇ ਵਿੱਚ ਤੇ ਬੜੇ ਬੜੇ ਮਹਾਨਦਾਨੀ ਨੇ ਜਿਹਨਾਂ ਨੇ ਮਤਲਬ ਕਿ ਵੱਡੀਆਂ ਵੱਡੀਆਂ ਜਗੀਰਾਂ ਛੱਡ ਦਿੱਤੀਆਂ ਗੁਰੂ ਘਰ ਦੇ ਨਾਲ, ਪਰ ਉਹ ਗੁਰਦੁਆਰਾ ਉਹ ਘਰ ਦਾ ਕੀ ਕੀਤਾ ਗਿਆ ਕਿ ਘਰ ਨੂੰ ਕੁਝ 1-2-3 ਸਾਲਾਂ ਬਾਅਦ ਹੀ ਜਦੋਂ ਮੈਂ ਵਾਪਸੀ ਜਾ ਕੇ ਦੇਖਿਆ ਤੇ ਢਾ ਦਿੱਤਾ ਗਿਆ। ਬੜਾ ਦੁੱਖ ਹੋਇਆ ਮਨ ਨੂੰ, ਆਪਾਂ ਅੱਗੇ ਵੀ ਗੱਲ ਕੀਤੀ ਸੀ ਜਦੋਂ ਆ ਇਹਨਾਂ ਨੂੰ ਦਸਵੀਂ ਦਿਓਰੀ ਢਾਈ ਆ, ਉਦੋਂ ਵੀ ਤੁਹਾਡੇ ਨਾਲ ਮੇਰੀ ਗੱਲਬਾਤ ਹੋਈ ਸੀ ਉਸ ਵਿਸ਼ੇ ਤੇ। ਬਿਲਕੁਲ, ਅੱਜ ਵੀ ਉਹ ਦੇਖੋ ਕਿ ਅੱਜ ਵੀ ਉਹ ਘਰ ਕਾਰਸੇਵਾ ਵਾਲਿਆਂ ਦੇ ਨਾਂ ਤੇ ਆ। ਕੌਮੀ ਸਰਮਾਇਆ ਸੀਗਾ, ਕੌਮੀ ਸਰਮਾਏ ਨੂੰ ਬਿਨਾਂ ਕੌਮ ਦੀ ਸਲਾਹ ਲਿਆ ਢਾ ਦਿੱਤਾ ਗਿਆ। ਹੁਣ ਜਿਹੜੀ ਗੱਲ ਅੱਜ ਕਰ ਰਹੇ ਹਾਂ, ਜੇ ਦਰਸ਼ਨੀ ਦਿਓੜੀ ਢਾ ਦਿੱਤੀ ਗਈ ਜਿਹੜੀ ਸਾਡੀ 200 ਸਾਲ ਪੁਰਾਣੀ ਹਿਸਟੋਰਿਕ ਇਮਾਰਤ ਸੀ, ਤੇ ਦੇਖੋ ਕਿ ਨਨਕਾਣਾ ਸਾਹਿਬ ਦੇ ਵਿੱਚ ਕੀ ਹੋ ਜੂਗਾ ਕੋਈ ਪਤਾ ਨੀ ਗਾ ਕਿਸੇ ਵੇਲੇ ਵੀ, ਕਿਉਂਕਿ ਇਹ ਕਾਰਸੇ ਵਾਲਿਆਂ ਦਾ ਤਾਂ ਫੰਡਾ ਹੀ ਇਹ ਆ ਕਿ ਜਾਓ ਜੀ। ਵੈਸੇ ਤੇ ਗੁਰ ਮੋਰ ਤੇ ਗੁਰ ਸ਼ਬਦ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਨਨਕਾਣਾ ਸਾਹਿਬ ਦੀ ਇਮਾਰਤ ਉਹ ਦਿੱਖ ਨਜ਼ਰਾਂ ਦੇ ਰਾਹੀਂ ਹਰ ਇੱਕ ਸਿੱਖ ਦੇ ਅੰਦਰ ਵਸੀ ਹੋਈ ਹੈ। ਜਦੋਂ ਉਹਦੀ ਦਿੱਖ ਨੂੰ ਦੁਬਾਰਾ ਖਤਮ ਕੀਤਾ ਜਾਵੇਗਾ, ਉਹ ਆਪਣੇ ਅੰਦਰ ਨੂੰ ਵੇਖੀ ਹੋਈ ਜਿਹੜੀ ਤਸਵੀਰ ਹੈ ਉਹਦੇ ਨਾਲ ਜਦੋਂ ਮੈਚ ਕਰਕੇ ਦੇਖੇਗਾ, ਕਿਤੇ ਨਾ ਕਿਤੇ ਤਕਲੀਫ਼ ਦੇ ਵਿੱਚ ਆਵੇਗਾ ਵੀ ਮੈਂ ਆਹ ਅੰਦਰ ਤਸਵੀਰ ਬਣਾਈ ਸੀ ਤੇ ਬਾਹਰੋਂ ਦੇਖੋ ਇਹਦਾ ਆਹ ਰੂਪ ਕਰ ਦਿੱਤਾ। ਬਿਲਕੁਲ ਵੀਰ ਜੀ, ਤੁਸੀਂ ਬੜੇ ਸੁੰਦਰ ਢੰਗ ਨਾਲ ਇਹ ਜ਼ਿਕਰ ਕੀਤਾ ਸੀ, ਤੁਹਾਡੇ ਕੋਲ ਇਸ ਮਾਮਲੇ ਬਾਰੇ ਹੋਰ ਵੀ ਜਾਣਕਾਰੀ ਲਵਾਂਗੇ ਵੀ ਆਖਰਕਾਰ ਹੁਣ ਜੇ ਸਾਕਾ ਨਨਕਾਣਾ ਦੀ 100 ਸਾਲਾ ਸ਼ਤਾਬਦੀ ਮਨਾਉਣੀ ਹੈ, ਕੀ ਸਾਨੂੰ ਧਾਰੋ ਵਾਲੀ ਬਣਨਾ ਪੈਣਾ, ਕੀ ਗੁਰਦੁਆਰਾ ਸੁਧਾਰ ਲਹਿਰ ਛੇੜਨੀ ਪੈਣੀ ਹੈ? ਕਿਉਂਕਿ ਇਹਨਾਂ ਨੂੰ ਪਤਾ ਹੈ SGPC ਨੂੰ ਵੀ ਜੇ ਗੁਰਦੁਆਰਾ ਸੁਧਾਰ ਲਹਿਰ ਇੱਕ ਵਾਰੀ ਛਿੜ ਗਈ ਤੇ ਸਭ ਤੋਂ ਪਹਿਲਾਂ ਅੱਜ ਦੇ ਮਾਡਰਨ ਮਹੰਤਾਂ ਨੂੰ ਕੱਢਣਾ ਪੈਣਾ, ਜਿਹਨਾਂ ਨੂੰ ਭਾਈ ਬਲਦੇਵ ਸਿੰਘ ਬਡਾਲਾ ਕਹਿੰਦੇ ਹੁੰਦੇ ਸੀ, ਨਰੈਣੂ ਮਹੰਤ ਦਾ ਕੋੜਮਾ। ਇਸ ਕਰਕੇ ਇਹਨਾਂ ਨੂੰ ਬੜੀ ਵੱਡੀ ਚਿੰਤਾ ਧਿਆਨ ਭਟਕਾਉਣਗੇ। ਬਿਲਕੁਲ, ਅਸੀਂ ਤੁਹਾਡੇ ਕੋਲੋਂ ਹਰਪ੍ਰੀਤ ਜੀ ਹੋਰ ਵੀ ਜਾਣਕਾਰੀਆਂ ਜ਼ਰੂਰ ਲਵਾਂਗੇ ਤੇ ਬੜੀ ਜਲਦੀ ਦੁਬਾਰਾ ਤੁਹਾਨੂੰ ਕਾਲ ਕਰਦੇ ਹਾਂ ਔਰ ਪੂਰੇ ਮਾਮਲੇ ਦੀ ਜਾਣਕਾਰੀ ਲੈਂਦੇ ਹਾਂ। ਸਮੇਂ ਦੀਆਂ ਘੜੀਆਂ ਰੋਕਦੀਆਂ ਨੇ, ਧੰਨਵਾਦੀਆਂ ਤੁਹਾਡੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ।